ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੈਪਿੰਗ ਸਟੋਨ ਪੰਜਾਬੀ ਰੀਡਰ 5 ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਅਰਸ਼ਿੰਦਰਪਾਲ ਕੌਰ ਅੱਜ ਤੁਹਾਡੇ ਲਈ ਪਾਠ ਨੰਬਰ 16 ਲੈ ਕੇ ਹਾਜ਼ਰ ਹਾਂ। ਚਲੋ ਚਲੀਏ ਨਵਾਂ ਪਾਠ ਸਿੱਖੀਏ। ਸਾਡਾ ਅੱਜ ਦਾ ਪਾਠ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਨਜ਼ਾਰਾ। ਗੁਰਦੁਆਰਾ ਸਾਹਿਬ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗੁਰਦੁਆਰਾ ਸਾਹਿਬ ਬਾਰੇ, ਅਤੇ ਅੰਦਰ ਦਾ ਨਜ਼ਾਰਾ ਗੁਰਦੁਆਰੇ ਦੇ ਅੰਦਰ ਕਿਸ ਤਰ੍ਹਾਂ ਦਾ ਸੀਨ ਹੁੰਦਾ, ਕਿਸ ਤਰ੍ਹਾਂ ਦਾ ਸਾਈਟ ਹੁੰਦਾ, ਅੰਦਰੋਂ ਦੇਖਣ ਵਾਸਤੇ ਗੁਰਦੁਆਰਾ ਸਾਹਿਬ ਕਿਸ ਤਰ੍ਹਾਂ ਲੱਗਦੇ ਨੇ, ਅੱਜ ਅਸੀਂ ਉਹ ਸਾਰਾ ਸਿੱਖਾਂਗੇ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਹਮੇਸ਼ਾ ਵੋਕੈਬਲਰੀ ਵਰਡ ਸਿੱਖਦੇ ਹਾਂ, ਅਤੇ ਅਸੀਂ ਪਹਿਲਾਂ ਉਹ ਸਿੱਖਾਂਗੇ। ਬਿਲਕੁਲ, ਐਬਸੋਲਿਊਟਲੀ, ਵਿਚਕਾਰ, ਇਨ ਦਾ ਮਿਡਲ, ਪਾਲਕੀ, ਪਲੈਂਕਵਿਨ, ਪੀੜਾ, ਸਮਾਲ ਕੋਟ, ਸ਼ਸਤਰ, ਵੈਪਨਸ, ਸਜਾਇਆ, ਡੈਕੋਰੇਟਿਡ, ਚੌਰ ਸਾਹਿਬ, ਵਿਸਕ, ਮਹਾਰਾਜ, ਕਿੰਗ ਆਫ ਕਿੰਗਸ, ਪ੍ਰਕਾਸ਼ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਇਸ ਓਪਨਡ, ਸਰੂਪ ਜਾਂ ਬੀੜ, ਦ ਗੁਰੂਜ਼ ਬੋਡੀ ਇਨ ਫੋਰਮ ਆਫ ਦ ਬੁੱਕ, ਗਹਿਣਾ, ਔਰਨਾਮੈਂਟ, ਛਾਬਾ ਜਾਂ ਛੱਜਾ, ਇਹ ਹੈਂਗਿੰਗ ਸੈਂਟਰ ਪੀਸ, ਪਲਕਾਂ, ਸਮਾਲ ਫੈਬਰਿਕ ਪੀਸਿਸ। ਸੋ ਬੱਚਿਓ, ਇਹ ਜਿਹੜੇ ਸ਼ਬਦ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਵਿੱਚ ਜਿਹੜੇ ਨੇ, ਇਹ ਤੁਸੀਂ ਗੁਰਦੁਆਰੇ ਜਾਂਦੇ ਹੋ, ਤੁਸੀਂ ਬਹੁਤ ਜਾਣਿਆਂ ਨੇ ਨੂੰ ਪਤਾ ਹੋਏਗਾ, ਸਭ ਨੇ ਦੇਖੇ ਹੋਣਗੇ, ਪਰ ਅੱਜ ਅਸੀਂ ਥੋੜ੍ਹਾ ਹੋਰ ਡਿਟੇਲ ਦੇ ਵਿੱਚ ਗੱਲ ਕਰਾਂਗੇ। ਜੇ ਤੁਹਾਨੂੰ ਕੋਈ ਕਿਸ ਤਰ੍ਹਾਂ ਦਾ ਡਾਊਟ ਹੋਏਗਾ ਤਾਂ ਉਹ ਅੱਜ ਤੁਹਾਨੂੰ ਕਲੀਅਰ ਹੋ ਜਾਏਗਾ। ਠੀਕ ਹੈ ਜੀ। ਹੇਠਾਂ ਤਸਵੀਰਾਂ ਦੇ ਵਿੱਚ ਗੁਰਦੁਆਰੇ ਦੇ ਅੰਦਰ ਦੀਆਂ ਕੁਝ ਚੀਜ਼ਾਂ ਦੇ ਨਾਂ ਲਿਖੇ ਹਨ, ਪੜ੍ਹੋ ਅਤੇ ਸਿੱਖੋ। ਸਭ ਤੋਂ ਪਹਿਲਾਂ ਪਾਲਕੀ ਸਾਹਿਬ। ਗੁਰਦੁਆਰੇ ਦੇ ਅੰਦਰ ਬਿਲਕੁਲ ਵਿਚਕਾਰ ਪਾਲਕੀ ਸਾਹਿਬ ਹੁੰਦੀ ਹੈ। ਕਈ ਗੁਰਦੁਆਰਿਆਂ ਵਿੱਚ ਪਾਲਕੀ ਸਾਹਿਬ ਨਹੀਂ ਪਰ ਪੀੜਾ ਸਾਹਿਬ ਹੁੰਦਾ ਹੈ। ਪੀੜਾ ਇੱਕ ਛੋਟੇ ਮੇਜ਼ ਵਰਗਾ ਹੁੰਦਾ ਹੈ। ਪਾਲਕੀ ਸੁਨਹਿਰੀ ਹੋ ਸਕਦੀ ਹੈ ਜਾਂ ਲੱਕੜ ਦੀ ਬਣੀ ਹੋ ਸਕਦੀ ਹੈ। ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਪਾਲਕੀ ਸਾਹਿਬ ਨੂੰ ਫੁੱਲਾਂ ਜਾਂ ਮੋਤੀਆਂ ਦੀਆਂ ਲੜੀਆਂ ਨਾਲ ਸਜਾਇਆ ਹੁੰਦਾ ਹੈ ਕਿਉਂਕਿ ਇਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬੈਠਦੇ ਹਨ। ਨੰਬਰ 2, ਚੌਰ ਸਾਹਿਬ। ਤੁਸੀਂ ਪਿਕਚਰ ਦੇਖ ਰਹੇ ਹੋ, ਪਹਿਲਾਂ ਪਿਕਚਰ ਸੀਗੀ ਪਾਲਕੀ ਦੀ ਤਸਵੀਰ, ਪਾਲਕੀ ਦੀ ਤਸਵੀਰ ਹੈ, ਪਾਲਕੀ ਸਾਹਿਬ ਕਿਸ ਤਰ੍ਹਾਂ ਦੇ ਲੱਗਦੇ ਨੇ। ਚੌਰ ਸਾਹਿਬ, ਚੌਰ ਸਾਹਿਬ ਇੱਕ ਤਰ੍ਹਾਂ ਦਾ ਪੱਖਾ ਹੁੰਦਾ ਹੈ, ਇਹ ਚਿੱਟਾ ਜਾਂ ਪੀਲਾ ਹੋ ਸਕਦਾ ਹੈ। ਚੌਰ ਸਾਹਿਬ ਦਾ ਮੁੱਠਾ ਜਾਂ ਮੁੱਠ ਚਾਂਦੀ ਜਾਂ ਲੱਕੜ ਦਾ ਬਣਿਆ ਹੁੰਦਾ ਹੈ। ਚੌਰ ਸਾਹਿਬ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੱਖਾ ਝੱਲਿਆ ਜਾਂਦਾ ਹੈ। ਬਹੁਤ ਸਮਾਂ ਪਹਿਲਾਂ ਚੌਰ ਸਾਹਿਬ ਮੋਰ ਦੇ ਖੰਭਾਂ ਦੇ ਬਣੇ ਹੁੰਦੇ ਸਨ ਅਤੇ ਸਿਰਫ ਮਹਾਰਾਜਿਆਂ ਨੂੰ ਹੀ ਚਲਾਏ ਜਾਂਦੇ ਸਨ। ਹੁਣ ਚੌਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਲਾਏ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਮਹਾਰਾਜ ਹੀ ਤਾਂ ਹਨ। ਨੰਬਰ 3, ਗੋਲਕ। ਇੱਕ ਪੈਸੇ ਪਾਉਣ ਵਾਲਾ ਡੱਬਾ ਹੈ ਜਿਸ ਵਿੱਚ ਸੰਗਤ ਮੱਥਾ ਟੇਕਣ ਤੋਂ ਬਾਅਦ ਮੱਥਾ ਟੇਕਣ ਤੋਂ ਪਹਿਲਾਂ ਪੈਸੇ ਪਾਉਂਦੀ ਹੈ। ਇਹ ਪੈਸੇ ਗੁਰਦੁਆਰੇ ਦੇ ਕਈ ਕੰਮ ਕਰਨ ਲਈ ਵਰਤੇ ਜਾਂਦੇ ਹਨ। ਆਪਾਂ ਸਾਰੇ ਜਦੋਂ ਜਾਂਦੇ ਹਾਂ, ਅਸੀਂ ਮੱਥਾ ਟੇਕਦੇ ਹਾਂ, ਤੁਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਹੋਗੇ ਮੱਥਾ ਟੇਕਦੇ ਹੋਗੇ, ਅਤੇ ਆਪਾਂ ਗੋਲਕ ਦੇ ਵਿੱਚ ਉਹ ਦਸਵੰਧ ਜਿਹੜਾ ਹੁੰਦਾ ਸਾਡਾ, ਸਿੱਖਾਂ ਨੇ ਦਸਵੰਧ ਕੱਢਣਾ ਹੁੰਦਾ ਹੈ, ਉਹ ਅਸੀਂ ਉਹਦੇ ਵਿੱਚ ਪਾਉਂਦੇ ਹਾਂ, ਅਤੇ ਉਹਦੇ ਨਾਲ ਗੁਰਦੁਆਰੇ ਦੇ ਸਾਰੇ ਕੰਮ ਚੱਲਦੇ ਹਨ। ਹੋਰ ਸੰਗਤ ਦੀ ਸੇਵਾ ਹੁੰਦੀ ਹੈ ਉਹਦੇ ਵਿੱਚੋਂ, ਸੰਗਤ ਲਈ ਜੋ ਵੀ ਜ਼ਰੂਰੀ ਹੁੰਦਾ ਹੈ ਉਹ ਉੱਥੋਂ ਹੁੰਦਾ ਹੈ। ਚੰਦੋਆ ਸਾਹਿਬ। ਪਾਲਕੀ ਸਾਹਿਬ ਦੇ ਉੱਤੇ ਟੰਗਿਆ ਹੋਇਆ ਕੱਪੜਾ ਚੰਦੋਆ ਸਾਹਿਬ ਹੁੰਦਾ ਹੈ। ਚੰਦੋਆ ਸਾਹਿਬ ਇਸ ਕਰਕੇ ਲਾਇਆ ਜਾਂਦਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਲਈ ਬਹੁਤ ਵੱਡੇ ਮਹਾਰਾਜ ਹਨ। ਕਈ ਵਾਰ ਚੰਦੋਏ ਦੇ ਅੱਗੇ ਜਾਂ ਵਿਚਕਾਰ
सुनहरी छाबा भी टंगिया जाता है। छाबा बहुत सोहना सोने का बनिया गहना होता है। नंबर 5 रुमाला साहिब। गुरु ग्रंथ साहिब की पीड़ या सरूप सोहने रुमालिया नाल टकी होंदी है। एक रुमाले दे सैट विच चार कपड़े होंदे हन, दो वड्डे रुमाले ते दो छोटियां पलकां। एक रुमाला गुरु ग्रंथ साहिब जी दी पीड़ दे हेठां विछाया जांदा है, दूसरा वड्डा रुमाला गुरु ग्रंथ साहिब जी दे उत्ते पाया जांदा है। पलकां गुरु ग्रंथ साहिब जी दे दोहां पासियां ते विछाइयां जांदियां हन। जिस तरह राजे महाराजे बहुत सोहने कपड़े पाउंदे सन, उसी तरह ही गुरु ग्रंथ साहिब जी नूं भी बहुत सोहने रुमालिया नाल सजाया जाता है। कई बार गुरु जी दे अगे शस्त्र भी रखे जाते हैं। हर गुरुद्वारे विच पालकी साहिब, चंदोआ साहिब, चौर साहिब, पीड़ा साहिब, गुरु ग्रंथ साहिब, कड़ा प्रसाद अते गोलक होंदे हन। तुसी तस्वीरां दे विच देखिया, सब तो पहला पालकी साहिब, इत्थे चौर साहिब, इत्थे असी गल कर रहे सी चंदोआ साहिब दी, जिहड़ा गुरु ग्रंथ साहिब जी दे उपर ताणिया हुंदा है, लग्या हुंदा है, जिहड़ा इत्थे असी गल कर रहे हां। इत्थे असी गुरु ग्रंथ साहिब जी देख रहे हां, ते इह रुमाला साहिब वड्डा रुमाला जिहड़ा उपरों दी दित्ता जांदा है साइडां ते, इत्थे दोनों साइडां ते गुरु ग्रंथ साहिब जी दे जिहड़ियां छोटियां पलकां लगाईआं हुंदीआं हन। हुण असी गुरु ग्रंथ साहिब जी दे बारे कि चीज़ां होंदियां गुरद्वारा साहिब दे अंदर गुरु ग्रंथ साहिब जी दे नाल संबंधित, असी उन्हां नूं सिख के हटे हां, ते हुण साडे वास्ते सोमवार घर दा काम जिहड़ा है उह तुसी देखोगे। तुसी जांदे ही हो गुरद्वारा साहिब, पर जे कदी नहीं गए, कोई बच्चा नहीं गया, ते जदों भी जिस तरह कोविड दी सिचुएशन ठीक होई, तुसी गुरद्वारा साहिब जाके सारियां चीज़ां दे दर्शन करना, फील्ड ट्रिप लैना गुरद्वारा साहिब दा, ते उत्थे जाके सारियां चीज़ां दे दर्शन करना, जे हो सके चौर साहिब दी सेवा भी करना। सोमवार घर दा काम। गुरु ग्रंथ साहिब दी पालकी दे उत्ते चंदोआ साहिब क्यों लाया जाता है? सो यू हैव डिफरेंट आंसर्स, राइट? थ्री आंसर्स तुसी देखने हैं। ऊड़ा चंदोआ साहिब इस करके लाया जाता है क्योंकि गुरु ग्रंथ साहिब जी सब तो वड्डे महाराज हैं। चंदोआ साहिब इस करके लाया जाता है क्योंकि संगत चाहती है। चंदोआ साहिब इस करके लाया जाता है क्योंकि सोहना लगता है। सो तुसी विच्चों आंसर सही आंसर देखोगे केड़ा है, फिर तुसी उन्हों चुनोगे, उहदे विच्चों यू विल चूज द राइट आंसर। पालकी साहिब नूं क्यों सजाया जाता है? पालकी साहिब नूं गुरुद्वारे विच सजाया जाता है। पालकी साहिब नूं हर एतवार सजाया जाता है। पालकी साहिब नूं गुरु ग्रंथ साहिब जी दे लई सजाया जाता है। तुहानूं पता लग गया होएगा आंसर इहदे विच्चों भी। नंबर 3, गुरु ग्रंथ साहिब जी दा प्रकाश किया जाता है दा की मतलब है? प्रकाश किया जाता है दा की मतलब है? तुसी देखो, यू हैव 3 चॉइसिस। गुरु ग्रंथ साहिब जी नूं रात नूं बंद किया जाता है, गुरु ग्रंथ साहिब जी सवेर वेले पढ़िया जाता है, गुरु ग्रंथ साहिब जी नूं सवेर वेले खोलिया जाता है। सो प्रकाश करन दा मतलब की है तुसी इहदे विच्चों देखोगे, ते क्योंकि तुसी पिछे पाठ पढ़िया है जां सुनिया है, ते तुसी उहदे विच्चों तुसी इह आंसर लभोगे। इन्हां प्रश्नां दे उत्तर लिखो। छाबा की हुंदा है? गोलक की हुंदी है? पालकी साहिब बारे 2 गल्लां दसो। रुमाला साहिब की हुंदे हन? गुरद्वारे दे अंदर की चीज़ां हुंदियां हन? कोई 3 चीज़ां दे नाम लिखो, ठीक है? सो तुहानूं मिल जाणी है ईजीली कि कहिड़ियां चीज़ां दे तुसीं नाम लिखदे ने। इत्थे मंगलवार घर दा काम, हर पाठ दे विच साडे कोले इस तरह दी एक्टिविटी हुंदी है। इहदे विच 2 पार्ट हुंदे हन, एक सेंटेंस दे, एक वाक दे, तो उहनां दोनां नूं तुसी देख के सही पार्ट जिहड़ा हुंदा है, सही हिस्सा हुंदा वाक दा, उहदे नाल उहनूं मैच करना हुंदा है, ठीक है जी। सो तुहाडे कोल इधर हैगा चौर साहिब। चौर साहिब की हुंदे हन?
ਪਹਿਲਾਂ ਇੱਥੇ ਚੋਇਸ ਤੁਸੀਂ ਦੇਖ ਰਹੇ ਹੋ ਇੱਕ ਪੈਸੇ ਪਾਉਣ ਵਾਲਾ ਡੱਬਾ ਜਾਂ ਫਿਰ ਇੱਕ ਤਰ੍ਹਾਂ ਦਾ ਪੱਖਾ ਹੁੰਦਾ ਹੈ। ਸੋ ਮੇਰਾ ਖਿਆਲ ਤੁਹਾਨੂੰ ਇਹਦੇ ਵਿੱਚੋਂ ਆਂਸਰ ਮਿਲ ਗਿਆ ਇਹਨਾਂ ਦੋਵਾਂ ਨੂੰ। ਤੁਸੀਂ ਵੈਸੇ ਸਾਰੇ ਇਹ ਵਾਲੇ ਵੀ ਪੜ੍ਹੋਗੇ ਜਿਹੜੇ ਆਂਸਰਸ ਨੇ, ਫਿਰ ਤੁਹਾਨੂੰ ਹੋਰ ਕਲੀਅਰ ਹੋ ਜਾਏਗਾ ਕਿ ਤੁਸੀਂ ਕਿਹੜਾ ਸਹੀ ਆਂਸਰ ਇਹਦੇ ਵਿੱਚੋਂ ਚੁਣਨਾ ਹੈ। ਗੋਲਕ, ਗੋਲਕ ਕੀ ਹੁੰਦੀ ਹੈ ਉਹ ਤੁਸੀਂ ਇੱਧਰਲੇ ਪਾਸਿਓਂ ਆਂਸਰ ਲੱਭ ਕੇ ਦੇਖੋਗੇ। ਪਾਲਕੀ ਸਾਹਿਬ ਵਿੱਚ, ਪਾਲਕੀ ਸਾਹਿਬ ਦੇ ਵਿੱਚ ਕੀ ਹੁੰਦੇ ਨੇ? ਪਾਲਕੀ ਸਾਹਿਬ ਇਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬੈਠਦੇ ਨੇ, ਰਾਈਟ? ਇਸ ਵਿੱਚ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਠੀਕ ਹੈ? ਸੋ ਤੁਸੀਂ ਦੇਖੋਗੇ ਕਿ ਕਿਹੜਾ ਆਂਸਰ ਹੈ ਇਹਦੇ ਵਿੱਚ। ਨਿਸ਼ਾਨ ਸਾਹਿਬ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇੱਥੇ ਕੀ ਹੈ, ਇੱਥੇ ਗੁਰਦੁਆਰਾ ਸਾਹਿਬ ਹੈ। ਹਰ ਗੁਰਦੁਆਰੇ ਦੇ ਬਾਹਰ ਕੀ ਹੁੰਦੇ ਨੇ? ਨਿਸ਼ਾਨ ਸਾਹਿਬ ਝੂਲਦੇ ਹਨ ਜਾਂ ਕਿ ਸੁਨਹਿਰੀ ਛਾਬਾ ਵੀ ਟੰਗਿਆ ਹੁੰਦਾ ਹੈ। ਸੋ ਤੁਸੀਂ ਇਹਦੇ ਵਿੱਚੋਂ ਆਂਸਰ ਲੱਭੋਗੇ ਸਹੀ। ਪਾਲਕੀ ਸਾਹਿਬ ਨੂੰ ਸਜਾਇਆ ਹੁੰਦਾ ਹੈ ਕਿਉਂਕਿ ਤੁਸੀਂ ਇਹਨਾਂ 'ਚੋਂ ਆਂਸਰ ਲੱਭਣਾ ਕਿਉਂ ਸਜਾਇਆ ਹੁੰਦਾ ਹੈ। ਕਈ ਵਾਰ ਚੰਦੋਏ ਦੇ ਅੱਗੇ ਜਾਂ ਵਿਚਕਾਰ ਕੁਛ ਲੱਗਾ ਹੁੰਦਾ ਹੈ ਨਾ। ਸੋ ਕੀ ਲੱਗਾ ਹੁੰਦਾ, ਕੀ ਟੰਗਿਆ ਹੁੰਦਾ ਉਹ ਤੁਸੀਂ ਦੇਖੋਗੇ ਇੱਧਰੋਂ। ਬੁੱਧਵਾਰ ਘਰ ਦਾ ਕੰਮ ਹੈਗਾ, ਤੁਸੀਂ ਹਮੇਸ਼ਾ ਕਰਦੇ ਹੋ, ਸੈਟ ਦਾ ਟਾਈਮਰ, ਰੀਡ ਦਿਸ ਐਸੇ, ਹਾਊ ਮੈਨੀ ਮਿਨਟਸ ਡਿਡ ਇਟ ਟੇਕ, ਰਾਈਟ? ਸੋ ਤੁਸੀਂ ਦੇਖਣਾ ਕਿ ਪਹਿਲੇ ਪਾਠਾਂ ਨਾਲੋਂ ਤੁਹਾਡੀ ਪੜ੍ਹਨ ਦੀ ਰਫਤਾਰ ਜਿਹੜੀ ਹੈਗੀ, ਰਵਾਨਗੀ, ਉਹ ਅੱਛੀ ਹੋਈ ਹੈ, ਬੈਟਰ ਹੋਈ ਹੈ ਪਹਿਲਾਂ ਨਾਲੋਂ। ਤੁਸੀਂ ਹੁਣ ਜ਼ਿਆਦਾ ਸ਼ਬਦ ਪੜ੍ਹ ਸਕਦੇ ਹੋਵੋਗੇ ਅਤੇ ਤੁਸੀਂ ਉਹਨਾਂ ਸ਼ਬਦਾਂ ਨੂੰ ਠੀਕ ਤਰ੍ਹਾਂ ਪੜ੍ਹ ਸਕਦੇ ਹੋਵੋਗੇ। ਇਹ ਤੁਹਾਡਾ ਗੋਲ ਹੋਣਾ ਚਾਹੀਦਾ ਕਿ ਤੁਸੀਂ ਇੰਪਰੂਵ ਕਰਨਾ ਹੈ। ਜਿਸ ਤਰ੍ਹਾਂ ਤੁਸੀਂ ਸ਼ੁਰੂ ਸੀ ਉਹਦੇ ਤੋਂ ਵਧੀਆ ਤੁਸੀਂ ਕਰੋਗੇ ਹੁਣ। ਸ਼ੁਰੂ ਵਿੱਚ ਜਿਸ ਤਰ੍ਹਾਂ ਸੀ ਤੁਸੀਂ ਸ਼ਾਇਦ ਸਲੋਅ ਹੋਵੋ, ਪਰ ਹੁਣ ਤੁਸੀਂ ਬੈਟਰ ਕਰ ਸਕੋਗੇ ਅਤੇ ਫਾਸਟਰ ਕਰ ਸਕੋਗੇ। ਵੀਰਵਾਰ ਘਰ ਦਾ ਕੰਮ ਇਹ ਹੈਗੇ ਨੇ ਗੁਰਮੁਖੀ ਨੰਬਰਸ, ਜਿਨ੍ਹਾਂ ਨੂੰ ਤੁਸੀਂ ਪੰਜਾਬੀ ਵਰਡਸ ਦੇ ਵਿੱਚ ਲਿਖੇ ਹੋਏ ਆ, ਠੀਕ ਹੈ? ਸੋ ਇਹਨਾਂ ਨੂੰ ਕਾਪੀ ਕਰਨਾ। 71, 72, 73, 74, 75, 76, 77, 78, 79, 80। ਸੋ ਇਹ ਤੁਸੀਂ ਤੁਹਾਡੇ ਵਾਸਤੇ ਨੇ ਨੰਬਰਸ, ਇਹ ਤੁਹਾਡਾ ਬੁੱਧਵਾਰ ਘਰ ਦਾ ਕੰਮ, ਵੀਰਵਾਰ ਘਰ ਦਾ ਕੰਮ। ਸੋ ਤੁਹਾਡੇ ਕੋਲ ਸ਼ੁੱਕਰਵਾਰ ਫਿਰ ਵੀ ਤੁਹਾਡੇ ਕੋਲ ਖਾਲੀ ਬਚ ਜਾਂਦਾ ਹੈ, ਪਰ ਤੁਸੀਂ ਥੋੜ੍ਹੀ ਜਿਹੀ ਪ੍ਰੈਕਟਿਸ ਉਸ ਦਿਨ ਵੀ ਪੰਜਾਬੀ ਦੀ ਜ਼ਰੂਰ ਕਰਿਆ ਕਰੋ, ਹਰ ਰੋਜ਼ ਪੜ੍ਹਿਆ ਕਰੋ, ਪਾਠ ਯਾਦ ਕਰਿਆ ਕਰੋ, ਸੋ ਤਾਂ ਜੋ ਤੁਸੀਂ ਸੋਨਾ ਸਿੱਖ ਸਕੋ, ਠੀਕ ਹੈ ਜੀ? ਸੋ ਮੈਂ ਇੰਨਾ ਕੀ ਕਹਿ ਕੇ ਬੰਦ ਕਰਦੀ ਹਾਂ। ਸੋ ਹੁਣ ਅਸੀਂ ਨਵੇਂ ਪਾਠ ਨਾਲ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।